ਮੇਨ ਅਰਦਾਸ ਅਸਲੀ ਅਰਦਾਸ ਇਹ ਹੈ ਕਿ ਪੰਜਾਬ ਨੂੰ ਮੁੱਦਿਆਂ ਤੇ ਵਾਪਸ ਲਿਆਇਆ ਜਾਵੇ ਕਿਉਂਕਿ ਜਿਹੜੀਆਂ ਤਿੰਨ ਪਾਰਟੀਆਂ ਮੈਦਾਨ 'ਚ ਨੇ ਉਹ ਆਪਣੀ ਲੀਡਰਸ਼ਿਪ ਦੇ ਚੱਕਰ 'ਚ ਘੁੰਮੀ ਜਾਂਦੀਆਂ ਇਹ ਹੈ ਕਿ ਆਪਣੇ ਜਿਹੜੇ ਇਨਪੁਟ ਨੇ ਉਹਨਾਂ ਦੀਆਂ ਕੀਮਤਾਂ ਵਧਾਈ ਜਾਂਦੇ ਆ ਸੋ ਕਿਸਾਨ ਵਿਚਾਰਾ ਫਸ ਗਿਆ ਕਿ ਉਹਦੇ ਕੋਲ ਜਿਹੜੇ ਪੈਸਟੀਸਾਈਡ ਜਿਹੜਾ ਉਹਨੂੰ ਰੇਵ ਵਿੱਚ ਪਾਉਣਾ ਪੈਂਦਾ ਉਹਦੀ ਕੀਮਤ ਤਾਂ ਵਧੀ ਜਾਂਦੀ ਹੈ ਉਹਦੇ ਜਿਹੜਾ ਉਤਪਾਦਨ ਹੈ ਉਹਦੀ ਕੀਮਤ ਵੱਧ ਹੀ ਨਹੀਂ ਆ ਥੋੜੀ ਵੱਧਦੀ ਹੈ ਸਵਾਮੀ ਨਾਤਰਨ ਕਮਿਸ਼ਨ ਦੇ ਮਤਾਬਕਤਾ ਉਹ ਦਿਨ ਦੇ ਨਹੀਂ ਤੁੰ। ਇਸ ਮੰਚ ਦੇ ਵਿੱਚ ਕਈ ਸੂਝਵਾਨ ਸ਼ਖਸੀਅਤਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਕੰਮ ਕਿਸ ਤਰ੍ਹਾਂ ਕਰੂਗੀ ਇਹ ਸੰਸਥਾ ਜਾਂ ਫਿਰ ਲੋਕਾਂ ਨੂੰ ਕਿਵੇਂ ਜਾਗਰੂਕ ਕਰੂਗੀ। ਦੇਖੋ ਇਹ ਮੁੱਦੇ ਕਿੱਥੇ ਸਿਆਸੀ ਪਾਰਟੀਆਂ ਇਹ ਮੁੱਦੇ ਕਿੱਥੇ ਉਠਾ ਰਹੀਆਂ। ਬੇਅਦਬੀ ਦਾ ਲੈ ਲੈਣਗੇ। ਇੱਕ ਜਿਨੇ ਕਰਵਾਈ ਹੈ, ਇੱਕ ਜਿਨੇ ਉਹਨਾਂ ਨੂੰ ਕਰਵਾਉਣ ਵਾਲਿਆਂ ਨੂੰ ਫੜਿਆ ਨਹੀਂ। ਦੋ ਪਾਰਟੀਆਂ ਤਾਂ ਉਹੀ ਐ, ਤੀਜੀ ਪਾਰਟੀ ਰੌਲਾ ਪਾ ਰਹੀ ਐ। ਉਹ ਵੀ ਅਸੀਂ ਦੇਖਿਆ ਨਹੀਂ ਕਿ ਜੇ ਉਹ ਆ ਜਾਣਗੇ ਉਹ ਕੁਝ ਕਰ ਸਕਣਗੇ ਕੀ ਨਹੀਂ ਉਹਨਾਂ ਨੇ ਤਾਂ ਪੁਲਿਸ ਇੱਕ ਜਗ੍ਹਾ ਉਹਨਾਂ ਦੀ ਸਰਕਾਰ ਹੈ ਉੱਥੇ ਉਹਨਾਂ ਕੋਲ ਪੁਲਿਸ ਨਹੀਂ ਉਹ ਤਾਂ ਇੱਕ ਮੇਅਰ ਦੀ ਤਰ੍ਹਾਂ ਹੈ ਉੱਥੇ ਉਹ ਉਹਨਾਂ ਹੀ ਬੰਦਿਆਂ ਦਾ ਨਾਮ ਆ ਰਿਹਾ ਜਿਹੜੇ ਐਸਆਈਟੀ ਦੀਆਂ ਰਿਪੋਰਟਾਂ ਉਹ ਹੁਣ ਹਾਈ ਕੋਰਟ ਨੇ ਰਿਪੋਰਟ ਖੋਲ੍ਹ ਦੇਣੀ ਹੈ ਜੇ ਉਸੇ ਬੰਦੇ ਦਾ ਨਾਮ ਨਿਕਲੇ ਆਉਂਦਾ ਹੈ ਜੀ ਤੋਂ ਤੁਸੀਂ ਮਾਫੀ ਮੰਗੀ ਹੈ ਫਿਰ ਮਤਲਬ ਕੀ ਹੋਇਆ ਕਿ ਤੁਸੀਂ ਵੋਟਾਂ ਲੈਣ ਲਈ ਨਾਰੇ ਲਾ ਦਿੰਨੇ ਹੋ ਜਦੋਂ ਖਤਮ ਹੋ ਜਾਂਦਾ ਹੈ ਤੇ ਫਿਰ ਉਹਦੇ ਬਾਅਦ ਤੁਸੀਂ ਫੜਾ ਫੜ ਕੇ ਮੇਰੇ ਤੇ ਕੇਸ ਨਾ ਹੋ ਫਿਰ ਪਾਚੋ ਸੋ ਇਹ ਦਿੱਲੀੋਂ ਬੈਠ ਕੇ ਪਾਰਟੀਆਂ ਨਹੀਂ ਚਲਣੀਆਂ ਕਿਸੇ ਜੀ ਕਿਸੇ ਸਿਆਸੀ ਧਿਰ ਨੂੰ ਇਹ ਮੰਚ ਜਿਹੜਾ ਸਪੋਰਟ ਕਰਦਾ ਜਾਂ ਫਿਰ ਕਿਸੇ ਸਿਆਸੀ ਧਿਰ ਦਾ ਕੰਮ ਚੰਗਾ ਲੱਗਿਆ ਹੋਵੇ ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਉਸੇ ਨੂੰ ਮੱਦੇ ਨਜ਼ਰ ਰੱਖਦੇ ਆ ਸਿਆਸੀ ਧਿਰਾਂ ਵੱਲੋਂ ਕਮਰ ਕੱਸ ਲਈ ਗਈ ਹੈ ਇਸ ਵਿੱਚਕਾਰ ਸਾਂਝਾ ਸੁਨਹਿਰਾ ਪੰਜਾਬ ਮੰਚ ਦੀ ਸ਼ੁਰੂਆਤ ਹੁੰਦੀ ਹੈ ਤੇ ਉਹਨਾਂ ਦੇ ਕਨਵੀਨਰ ਕੇਸੀ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਝਾ ਟੀਵੀ ਦੇ ਵਿੱਚ ਬਹੁਤ ਖੁਸ਼ੀ ਹੈ ਜੀ ਅੱਜ ਸਾਝਾ ਸੁਨਹਿਰਾ ਪੰਜਾਬ ਮੰਚ ਦੀ ਸ਼ੁਰੂਆਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੁੱਖ ਟੀਚਾ ਕੀ ਰੱਖਿਆ ਜੀ ਤੁਸੀਂ ਦੇਖੋ ਇਹਦੇ 5 6 ਮੇਨ ਅਰਦਾਸ਼ ਅਸਲੀ ਅਦਰਸ਼ ਇਹ ਹੈ ਕਿ ਪੰਜਾਬ ਨੂੰ ਮੁੱਦਿਆਂ ਤੇ ਵਾਪਸ ਲਿਆਇਆ ਜਾਵੇ ਕਿਉਂਕਿ ਜਿਹੜੀਆਂ ਤਿੰਨ ਪਾਰਟੀਆਂ ਮੈਦਾਨ 'ਚ ਨੇ ਉਹ ਆਪਣੀ ਲੀਡਰਸ਼ਿਪ ਦੇ ਚੱਕਰ 'ਚ ਘੁੰਮੀ ਜਾਂਦੀਆਂ ਇਹਾਂ ਇੱਕ ਹੈਜੀ ਪਾਰਟੀ ਹੈ ਜਿਹਦੇ ਵਿੱਚ ਜਿਨ੍ਹਾਂ ਨੂੰ ਪਿੰਡ ਚ ਨਹੀਂ ਵਰਨਾ ਦਿੱਤਾ ਉਹ ਉਹਨਾਂ ਕੋਲ ਜਵਾਬ ਹੈ ਨਹੀਂ ਜਦ ਬੰਦੇ ਉਹਨਾਂ ਨੂੰ ਸਵਾਲ ਪੁੱਛਦੇ ਐ ਪਰ ਸਵਾਲ ਉਹ ਕਿਸਾਨੀ ਦੇ ਹੀ ਪੁੱਛੇ ਜਾ ਰਹੇ ਆ ਕਿਸਾਨੀ ਦਾ ਬਹੁਤ ਅਹਿਮ ਮੁੱਦਾ ਹੈ ਲੇਕਿਨ ਹੋਰ ਵੀ ਮੁੱਦੇ ਨੇ ਜਿਨ੍ਹਾਂ ਤੇ ਸਵਾਲ ਪੁੱਛੇ ਜਾਣੇ ਚਾਹੀਦੇ ਐ ਅਸੀਂ ਉਹ ਪੰਜ ਛੇ ਮੁੱਦੇ ਲਏ ਐ ਪਹਿਲਾ ਤਾਂ ਹੈਗਾ ਇਸ ਵੇਲੇ ਕਾਨੂੰਨ ਜਿਹੜੇ ਕਾਨੂੰਨ ਵਾਪਸ ਕਰਵਾਉਣ ਦਾ ਕਾਲੇ ਕਾਨੂੰਨ ਜਿਹੜੇ ਬਣਾਏ ਨੇ ਸੈਂਟਰ ਨੇ ਲੇਕਿਨ ਉਹਦੇ ਨਾਲ ਨਾਲ ਜੁੜਿਆ ਹੋਇਆ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੇ ਕਾਨੂੰਨ ਚਲੇ ਵੀ ਜਾਂਦੇ ਐ ਤਾਂ ਜਿਹੜਾ ਸੰਕਟ ਪੰਜਾਬ ਦੇ ਵਿੱਚ ਕਿਸਾਨੀ ਤੇ ਆਇਆ ਹੋਇਆ ਹੈ ਜਿਹੜਾ ਮਾਡਲ ਇੱਥੇ ਉਹਦਾ ਇੱਕ ਸਮੇਂ ਨਿਕਲ ਗਿਆ ਸਾਨੂੰ ਉਹਨੂੰ ਅਗਲੇ ਲੈਵਲ ਤੇ ਲੈ ਜਾਣਾ ਪੈਣਾ ਹੈ ਹਰੀ ਕ੍ਰਾਂਤੀ ਦਾ ਅਗਲਾ ਸਟੈਪ ਕੀ ਹੋਊਗੀ ਕਿ ਜੇ ਕਣਕ ਤੇ ਚੌਲ ਦੇ ਨਾਲ ਸੈਂਟਰ ਨਹੀਂ ਖਰੀਦਣਾ ਚਾਹੁੰਦਾ ਉਹਦੀ ਡਿਮਾਂਡ ਨਹੀਂ ਰਹੀ ਉਹ ਨਹੀਂ ਬਿਕ ਰਿਆ ਫਿਰ ਸਾਨੂੰ ਉਹ ਸਬਜ਼ੀਆਂ ਤੇ ਫਰੂਟ ਦੀ ਤਰਫ ਜਾਣਾ ਪਏਗਾ ਪਰ ਉਹ ਕਲੀ ਕਿਸਾਨਤ ਕਰ ਨਹੀਂ ਸਕਦੇ ਅਗੇ ਕਈ ਵਾਰ ਉਹਨਾਂ ਨੇ ਅੰਗੂਰ ਉਗਾ ਕੇ ਦੇਖੇ ਹੈ ਵਾਈਨਰੀ ਇੱਥੇ ਬਣੀ ਨਹੀਂ ਉਹ ਅੰਗੂਰ ਜਲਦੀ ਦੇ ਕੇ ਉਹਨਾਂ ਦੇ ਫਿਰ ਬੇਕਾਰ ਹੋ ਜਾਂਦੇ ਹੈ ਕਿਨੋ ਸਕਸੈਸਫੁਲ ਹੋ ਗਿਆ ਸ਼ੁਰੂ ਤੋਂ ਕਿਨੋ ਵੀ ਨਹੀਂ ਸੀ ਵਿਕਦੇ ਲੇਕਿਨ ਸਰਕਾਰ ਨੂੰ ਇੱਕ ਪਲਾਨ ਬਣਾਉਣੀ ਚਾਹੀਦੀ ਹੈ ਕਿ ਕਿਵੇਂ ਗਏ ਹੌਲੀ ਹੌਲੀ ਤਬਦੀਲੀ ਲਿਆਈਏ ਇਹਨੂੰ ਇੱਕ ਤਰ੍ਹਾਂ ਦਾ ਕੈਲੀਫੋਰਨੀਆ ਬਣਾ ਦਈਏ ਇੱਕ ਪਾਸੇ ਤਾਂ ਹਾਈ ਟੈਕਨੋਲੋਜੀ ਦੀਆਂ ਕੰਪਨੀਆਂ ਹੋਣ ਦੂਜੇ ਪਾਸੇ ਇਹਨੂੰ ਸਪਲਾਈ ਚੇਨ ਬਣਾ ਕੇ ਬਾਕੀ ਹਿੰਦੁਸਤਾਨ ਨਾਲ ਬਾਹਰ ਦੀਆਂ ਮਾਰਕੀਟਾਂ ਨਾਲ ਕਲੀਚ ਪਈ ਹੈ ਜਿੱਥੇ ਸਾਰੇ ਫਲ ਫਰੂਟ ਬਾਹਰੋਂ ਆਉਂਦੇ ਆ ਉਹ ਉਹਦੇ ਨਾਲ ਜੁੜ ਕੇ ਅਸੀਂ ਇੱਕ ਸਪਲਾਈ ਚੇਨ ਬਣਾਵੇ ਜਿੱਦੇ ਗਵਰਨਮੈਂਟ ਚ ਇਹਨਾਂ ਨੂੰ ਵੀ ਹਿੱਸਾ ਬਣਾਉਣ ਕਿਸਾਨਾਂ ਨੂੰ ਕੋਆਪਰੇਟਿਵ ਬਣੇ ਤਾਂ ਕਿ ਉਹ ਜਿਹੜੀ ਅਸਲ ਵੈਲਿਊ ਐਡੀਸ਼ਨ ਹੁੰਦੀ ਹੈ ਉਹਦੇ ਵਿੱਚ ਉਹ ਕਿਸਾਨ ਵੀ ਫਾਇਦਾ ਉਹਨਾਂ ਨੂੰ ਵੀ ਕੋਈ ਉਹਦੇ ਵਿੱਚ ਨਹੀਂ ਤੁਸੀਂ ਕਹਿੰਦੇ ਕਿਸਾਨ ਦੀ ਆਮਦਨ ਬਤਾਉਣੀ ਹੈ ਕਿਵੇਂ ਬਤਾ ਸਕਦੇ ਹੋ ਤੁਸੀਂ ਆਮਦਨ ਜਾਂ ਤਾਂ ਉਤਪਾਦਨ ਵਧੇ ਜਾਂ ਫਸਲਾਂ ਦੀ ਕੀਮਤ ਵਧੇ ਅੱਛਾ ਕੀਮਤ ਹੋਰ ਵਧ ਨਹੀਂ ਸਕਦੀ ਉਹਦੇ ਤੇ ਤੁਸੀਂ ਲੜੀ ਜਾਓ ਇੱਕੋ ਹੀ ਇੰਟਰਨੈਸ਼ਨਲ ਲੈਵਲ ਵੀ ਹੈ ਉਹ ਪ੍ਰਾਈਸ ਥੀ ਫਿਰ ਗਵਰਨਮੈਂਟ ਕੋਈ ਵੀ ਗਵਰਨਮੈਂਟ ਸੈਂਟਰ ਦੀ ਗਵਰਨਮੈਂਟ ਹੋਊਗੀ ਉਹਨੂੰ ਸੋਚਣਾ ਪੈਂਦਾ ਜੇ ਜ਼ਿਆਦਾ ਅਸੀਂ ਇਹਦੀ ਕੀਮਤ ਵਧਾ ਦਾਂਗੇ ਤਾਂ ਲੋਕਾਂ ਦੀ ਜਿਹੜੀ ਆਮ ਲੋਗ ਨੇ ਵੋਟਾਂ ਤਾਂ ਉਹਨਾਂ ਦੀਆਂ ਨਾ ਜ਼ਿਆਦਾ ਪੂਰੇ ਹਿੰਦੁਸਤਾਨ 'ਚ ਉਹਨਾਂ ਤੇ ਮਹਿੰਗਾਈ ਵੜ ਜਾਏਗੀ ਮਹਿੰਗਾਈ ਵੜ ਜਾਏਗੀ ਤਾਂ ਸਰਕਾਰ ਤੇ ਅਸਰ ਪੈਂਦਾ ਸੋ ਇਸ ਕਰਕੇ ਤੁਸੀਂ ਹਰੇਕ ਸਾਲ ਤੱਕ ਕੀਮਤ ਦੀ ਪੁਸ਼ ਕਰ ਹਾਂ ਇਹ ਹੈ ਕਿ ਆਪਣੇ ਜਿਹੜੇ ਇਨਪੁਟ ਨੇ ਉਹਨਾਂ ਦੀਆਂ ਕੀਮਤਾਂ ਵਧਾਈ ਜਾਂਦੇ ਆ ਸੋ ਕਿਸਾਨ ਵਿਚਾਰਾ ਫਸ ਗਿਆ ਕਿ ਉਹਦੇ ਕੋਲ ਜਿਹੜੇ ਪੈਸਟੀਸਾਈਡ ਜਿਹੜਾ ਉਹਨੂੰ ਰੇਵ ਵਿੱਚ ਪਾਉਣਾ ਪੈਂਦਾ ਉਹਦੀ ਕੀਮਤ ਵਧੀ ਜਾਂਦੀ ਹੈ ਉਹਦੇ ਜਿਹੜਾ ਉਤਪਾਦਨ ਹੈ ਉਹਦੀ ਕੀਮਤ ਵੱਧ ਹੀ ਨਹੀਂ ਆ ਥੋੜੀ ਵੱਧੀ ਹੈ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਤਾਂ ਉਹ ਦਿੰਦੇ ਹੀ ਨਹੀਂ ਤੁਹਾਨੂੰ ਥੋੜਾ ਜਿਹਾ ਵਧਾਉਂਦੇ ਆ ਜਿੰਨਾ ਥੋੜਾ ਖਰਚਾ ਹੋਇਆ ਉਹਦੇ ਥੋੜਾ ਜਿਹਾ ਵਧਾ ਕੇ ਤੋਂ ਇਸ ਕਰਕੇ ਕਿਸਾਨ ਦੀ ਇੱਕ ਤਾਂ ਜ਼ਮੀਨ ਜਿਹੜੀ ਉਹਦੇ ਕੋਲ ਆ ਉਹ ਘਟ ਗਈ ਹੈ ਛੋਟੇ ਟੁਕੜੇ ਹੈ ਔਰ ਦੂਜਾ ਉਹਦੀ ਆਮਦਨੀ ਬਾਤ ਰਹੀ ਕਿ ਇਸੇ ਕਰਕੇ ਆਤਮ ਹੱਤਿਆ ਇਸੇ ਕਰਕੇ ਕਰਜ਼ਾ ਸੋ ਉਹ ਜਿਹੜਾ ਸੰਕਟ ਹੈ ਉਹਨੂੰ ਭੁੱਲਣਾ ਨਹੀਂ ਸਾਨੂੰ ਚਾਹੀਦਾ ਜਦ ਅਸੀਂ ਕਿਸਾਨ ਦੀ ਜਿਹੜੀ ਲੜਾਈ ਸੈਂਟਰ ਨਾਲ ਲੜ ਰਿਹਾ ਉਹ ਚੱਲ ਰਹੀ ਹੈ ਉਸ ਮੁੱਦੇ ਤੇ ਅਸੀਂ ਬਹਿਸ ਕਰਾਂਗੇ ਅ ਐਗਰੀਕਲਚਰ ਦੇ ਜਿਹੜੇ ਖੇਤੀਬਾੜੀ ਦੇ ਵਿਗਿਆਨਕ ਵਿਗਿਆਨ ਸੁਲਝੇ ਹੋਏ ਬੰਦੇ ਨੇ ਉਹਨਾਂ ਨੂੰ ਪੁੱਛਾਂਗੇ ਦੱਸੋ ਇਹਦੇ ਵਿੱਚ ਕਿਵੇਂ ਹੋ ਸਕਦਾ ਹੈ ਇਸ ਮੰਚ ਦੇ ਵਿੱਚ ਕਈ ਸੂਝਵਾਨ ਸ਼ਖਸੀਅਤਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਕੰਮ ਕਿਸ ਤਰ੍ਹਾਂ ਕਰੂਗੀ ਇਹ ਸੰਸਥਾ ਜਾਂ ਫਿਰ ਲੋਕਾਂ ਨੂੰ ਕਿਵੇਂ ਜਾਗਰੂਕ ਕਰੋਗੇ ਦੇਖੋ 16 ਬੰਦੇ ਆ ਸਾਰੇ ਸੋ ਜੇ ਮੁੱਦੇ ਚ ਮੈਂ ਮੈਂ ਜਲਦੀ ਜਲਦੀ ਦੂਸਰੇ ਮੁੱਦੇ ਦੱਸਦਾ ਲਾਅ ਐਂਡ ਆਰਡਰ ਹੈ ਜੀ ਦੀ ਬਹੁਤ ਚਿੰਤਾ ਹੈ ਤੇ ਗੈਂਗਸਟਰਸ ਨੇ ਮਾਫੀਆ ਹੈ ਰੇਤੇ ਦੀ ਜਿਹੜੀ ਵਿਕਰੀ ਹੈਗੀ ਆ ਉਹਦੇ ਚੋ ਚੋਰੀ ਹੋ ਰਹੀ ਹੈ ਸ਼ਰਾਬ ਦੀ ਵਿਕਰੀ ਚੋ ਚੋਰੀ ਹੋ ਰਹੀ ਹੈ ਫਿਰ ਨਸ਼ਿਆਂ ਦਾ ਸਾਰਿਆਂ ਤੋਂ ਵੱਡਾ ਪ੍ਰੋਬਲਮ ਹੈ ਸੋ ਉਹ ਨਸ਼ੇ ਨਸ਼ੇ ਵਾਲਿਆਂ ਨੂੰ ਉਹ ਵੀ ਗੁੱਤਮੁੱਤ ਹੋਏ ਆ ਪੁਲਿਸ ਨਾਲ ਸੋ ਉਹਨੂੰ ਕਿਵੇਂ ਤੋੜਨਾ ਇਹ ਜਿਹੜੇ ਲਿੰਕ ਨੇ ਕਿਵੇਂ ਟੁੱਟਣਗੇ ਫਿਰ ਆ ਜਾਂਦਾ ਨੌਜਵਾਨਾਂ ਦਾ ਮੁੱਦਾ ਉਹਨਾਂ ਦੀ ਪੜ੍ਹਾਈ ਜਿਹੜੀ ਪੜ੍ਹਾਈ ਉਹ ਕਰਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਫਿਰ ਉਹ ਸਾਰੇ ਬਾਹਰ ਜਾਣਾ ਚਾਹੁੰਦੇ ਆ ਪ੍ਰਵਾਸੀ ਬਣ ਜਾਂਦੇ ਆ ਤੋ ਇਸ ਕਰਕੇ ਪੰਜਾਬ ਨੂੰ ਕਿਉਂ ਛੱਡ ਕੇ ਭਜਣਾ ਚਾਹੁੰਦੇ ਬੰਦੇ ਫਿਰ ਉਹਦੇ ਨਾਲ ਜੁੜ ਜਾਂਦੀ ਆ ਆ ਮਹਾਮਾਰੀ ਤੋਂ ਪਤਾ ਲੱਗਿਆ ਸਿਹਤ ਯੂ نو ਪਿੰਡਾਂ ਚੋ ਵਿਚਾਰੇ ਬੰਦੇ ਬਿਮਾਰ ਐਂਬੂਲੈਂਸਾਂ ਜਿਵੇਂ ਡਾਕਟਰ ਪਹਿਲਾਂ ਦੱਸ ਰਹੇ ਸੀ ਐਂਬੂਲੈਂਸਾਂ ਫ੍ਰੀ ਨਹੀਂ ਹੈਗੀਆਂ ਡਾਕਟਰ ਤੁਸੀਂ ਮਹਿੰਗੇ ਹਸਪਤਾਲ ਜਾਂਦੇ ਹੋ ਪੈਸੇ ਮੰਗਦੇ ਤੁਹਾਡੇ ਤੋਂ ਤੋ ਇਹਨੂੰ ਕਿਵੇਂ ਆਮ ਬੰਦੇ ਨੂੰ ਕਿਵੇਂ ਮਦਦ ਮਿਲੇ ਸੋਸ਼ਲ ਸਿਕਿਉਰਿਟੀ ਮਿਲੇ ਜੀਤੇ ਨਾਲ ਉਹਨੂੰ ਇਹ ਇਤਵਾਰ ਹੋਵੇ ਕਿ ਮੇਰੀ ਇੱਕ ਮਿਨੀਮਮ ਇਨਕਮ ਹੈ ਉਹਦੇ ਵਿੱਚ ਮੈਨੂੰ ਜੇ ਮੈਂ ਬਿਮਾਰ ਹੋਊਗਾ ਤਾਂ ਵੀ ਮੇਰਾ ਇਲਾਜ ਠੀਕ ਹੋਊਗਾ ਜੇ ਮੇਰੇ ਬੱਚੇ ਨੇ ਉਹ ਪੜ੍ਹ ਲਿਖ ਕੇ ਉਹਨਾਂ ਨੂੰ ਕੋਈ ਨੌਕਰੀ ਮਿਲੂਗੀ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਕੱਲਾ ਤੁਸੀਂ ਇੱਕ ਮੁੱਦਾ ਲੈ ਲਓ ਤਾਂ ਉਹਦੇ ਨਾਲ ਪੰਜਾਬ ਸੁਨਹਿਰਾ ਪੰਜਾਬ ਨਹੀਂ ਬਣਦਾ ਸਰ ਬਾਕੀ ਜਿੰਨੀਆਂ ਸਿਆਸੀ ਧਿਰਾਂ ਉਹ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਹੀ ਰਹੀਆਂ ਨੇ ਕਿ ਸਾਨੂੰ ਜਿਤਾਓ ਅਸੀਂ ਆ ਤੁਹਾਡੇ ਲਈ ਸਹੂਲਤਾਂ ਲੈ ਕੇ ਆਵਾਂਗੇ ਤੇ ਇਹ ਜਿਹੜਾ ਮੰਚ ਹੈ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰੂਗਾ ਕਿਹੜੇ ਪਲੈਟਫਾਰਮ ਤੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਦੇਖੋ ਇਹ ਮੁੱਦੇ ਕਿੱਥੇ ਸਿਆਸੀ ਪਾਰਟੀਆਂ ਇਹ ਮੁੱਦੇ ਕਿੱਥੇ ਉਠਾ ਰਹੀਆਂ ਹੈ ਬੇਅਦਵੀ ਦਾ ਲੈ ਲੈਣਗੇ ਇੱਕ ਜਿਹਨੇ ਕਰਵਾਈ ਹੈ ਇੱਕ ਜਿਹਨੇ ਉਹਨਾਂ ਨੂੰ ਕਰਵਾਨ ਵਾਲਿਆਂ ਨੂੰ ਫੜਿਆ ਨਹੀਂ ਦੋ ਪਾਰਟੀਆਂ ਤਾਂ ਉਹੀ ਹੈ ਤੀਜੀ ਪਾਰਟੀ ਰੋਲਾ ਪਾ ਰਹੀ ਹੈ ਉਬੀ ਅਸੀਂ ਦੇਖਿਆ ਨਹੀਂ ਕਿ ਜੇ ਉਹ ਆ ਜਾਣਗੇ ਉਹ ਕੁਝ ਕਰ ਸਕਣਗੇ ਕੀ ਨਹੀਂ ਉਹਨਾਂ ਨੇ ਤਾਂ ਪੁਲਿਸ ਇੱਕ ਜਗ੍ਹਾ ਉਹਨਾਂ ਦੀ ਸਰਕਾਰ ਹੈ ਉੱਥੇ ਉਹਨਾਂ ਕੋਲ ਪੁਲਿਸ ਨਹੀਂ ਉਹ ਤਾਂ ਇੱਕ ਮੇਅਰ ਦੀ ਤਰ੍ਹਾਂ ਹੈ ਉੱਥੇ ਤੋ ਇਸ ਕਰਕੇ ਇਹਨਾਂ ਦੋ ਪਾਰਟੀਆਂ ਦਾ ਕੰਟਰੋਲ ਦਿੱਲੀ 'ਚ ਹੈ ਤੀਜੀ ਪਾਰਟੀ ਦਾ ਇੱਕ ਫੈਮਿਲੀ ਕੋਲ ਟੱਬਰ ਕੋਲ ਹੈ ਤੋ ਇਸ ਕਰਕੇ ਇਸ ਚੰਜਰ ਚੋਂ ਨਿਕਲ ਲਈ ਲੋਕਾਂ ਨੂੰ ਇਹ ਕਹਿਣਾ ਕਿ ਇਹ ਮੁੱਦਿਆਂ ਤੇ ਕੀ ਰਸਤਾ ਹੋ ਸਕਦਾ ਹੈ ਕੀ ਕੰਢਰਾਈਆਂ ਚੋਂ ਨਿਕਲਦਾ ਅੱਗੇ ਰਸਤਾ ਹੈ ਉਹ ਹੁਣ ਅਲੱਗ-ਅਲੱਗ ਗਰੁੱਪ ਨਾਵਾਂਗੇ ਜ਼ਰੂਰੀ ਇਹ ਸਾਰੇ 16 ਇਕੱਠੇ ਹੋਣ ਜੇ ਅਸੀਂ ਲਾਅ ਆਰਡਰ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਤਾਂ ਡੀਜੀਪੀ ਹੈਗੇ ਸਾਡੇ ਕੋਲ ਹੋਰ ਵੀ ਮਿੱਤਰ ਡੀਜੀਪੀ ਹੈ ਇੱਕ ਦੋ ਉਹ ਬੁਲਾਓ ਬਾਕੀ ਹੋਰ ਬੰਦੇ ਬੁਲਾ ਕੇ ਚਾਰ-ਪੰਜ ਬੰਦੇ ਗੱਲ ਕਰਨ ਉਹਦੇ ਜੋ ਕੀ ਨਿਕਲ ਕੇ ਆਉਂਦਾ ਉਹ ਲੋਕਾਂ ਨੂੰ ਦੱਸਿਏ ਐਵੇਂ ਨੌਜਵਾਨਾਂ ਦਾ ਕੀ-ਕੀ ਆਪਸ਼ਨਸ ਹੋ ਸਕਦੀਆਂ ਕਿੱਥੇ-ਕਿੱਥੇ ਨੌਕਰੀਆਂ ਮਿਲ ਸਕਦੀਆਂ ਕਿਵੇਂ ਪੰਜਾਬ 'ਚ ਇਨਵੈਸਟਮੈਂਟ ਆਏਗੀ ਇਨਵੈਸਟਮੈਂਟ 'ਚ ਇੰਡਸਟਰੀ ਪਿੱਛੇ ਆ ਫੇਰਾ ਬਿਜਲੀ ਦਾ ਗੱਲ ਕਰ ਰਹੇ ਹੁਣ ਉਹ ਗੱਲ ਕਰ ਰਹੇ ਆ ਜੋ ਬਿਜਲੀ ਦੇ ਕੰਟਰੈਕਟ ਕ ਭਈ ਉਹਨਾਂ 'ਚ ਇੱਕ ਬੰਦਾ ਆਇਆ ਜ ਜਿਹਨੂੰ ਉਹ ਮੰਤਰਾਲੇ ਮਿਲਿਆ ਸੀ ਨਹੀਂ ਲਿਆ ਉਦੋਂ ਜੇ ਮੰਤਰਾਲੇ ਲੈ ਲਿਆ ਹੁੰਦਾ ਤਾਂ ਕੱਟ ਦਿੰਦਾ ਉਹਨਾਂ ਦੇ ਕੰਟਰੈਕਟ 2 ਸਾਲ ਦੇ ਬਾਅਦ ਜ 6 ਮਹੀਨੇ ਇਲੈਕਸ਼ਨ ਰਹਿ ਜਾਣੇ ਹੁਣ ਉਹਨਾਂ ਨੂੰ ਕੰਟਰੈਕਟ ਯਾਦ ਆਉਂਦੇ ਆ ਕੰਟਰੈਕਟ ਆ ਉਦੋਂ ਵੀ ਅਸੀਂ 6 ਮਹੀਨੇ ਪਹਿਲਾਂ ਸੋ ਇਸ ਕਰਕੇ ਇਹ ਮੌਕੇ ਸਾਜ਼ ਨੇ ਇਹ ਮੁੱਦੇ ਉਦੋਂ ਉਠਾਉਣਗੇ ਜਦ ਇਲੈਕਸ਼ਨ ਆਉਣ ਸਾਡਾ ਮੰਚ ਜਿਹੜਾ ਇਹ ਮੁੱਦੇ ਉਠਾਉਂਦਾ ਰਹੂਗਾ ਕਿਉਂਕਿ ਇਹਨੂੰ ਕੋਈ ਮੌਕੇ ਨਾਲ ਸਰ ਸਵਾਲ ਉਹੀ ਹੈ ਤੁਸੀਂ ਲੋਕਾਂ ਤੱਕ ਕਿੱਦਾਂ ਪਹੁੰਚ ਕਰੋਗੇ ਜਾਂ ਫਿਰ ਕੋਈ ਮੰਚ ਲਾਓਗੇ ਕਿਸ ਤਰ੍ਹਾਂ ਤੁਸੀਂ ਸਕੂਲਾਂ ਦੇ ਵਿੱਚ ਜਾਓਗੇ ਕਿਸ ਤਰ੍ਹਾਂ ਇਕੱਠ ਕਰੋਗੇ ਸਵਾਲ ਇਹ ਹੈ ਦੇਖੋ ਅੱਜ ਦੇ ਟਾਈਮ 'ਚ ਜਦ ਸਕੂਲ ਵੀ ਸਾਰੇ ਖੁੱਲੇ ਨਹੀਂ ਕਾਲਜ ਨਹੀਂ ਖੁੱਲੇ ਵੱਖ-ਵੱਖ ਤਰੀਕੇ ਹੈ ਇੱਕ ਤਾਂ ਥੋੜੇ ਨਾਲ ਗੱਲ ਕਰ ਰਹੇ ਆ ਪ੍ਰਿੰਟ ਮੀਡੀਆ 'ਚ ਜਾਊਗਾ ਵੈਬ ਤੇ ਜਾਊਗਾ ਸੋਸ਼ਲ ਮੀਡੀਆ ਤੇ ਜਾਊਗਾ ਸਾਡਾ ਮੰਚ ਹੁਣੇ ਮੈਨੂੰ ਦੱਸ ਰਿਹਾ ਟਵਿੱਟਰ ਤੇ ਨੰਬਰ 4 ਤੇ ਟ੍ਰੈਂਡ ਕਰ ਰਿਹਾ ਸੋ ਟਵਿੱਟਰ ਤੇ ਜਾਵਾਂਗੇ ਸੋ ਫੇਸਬੁੱਕ ਤੇ ਜਾਵਾਂਗੇ ਇਨਸਟਾਗ੍ਰਾਮ ਤੇ ਜਾਵਾਂਗੇ ਲੋਕ ਅੱਜ ਕੱਲ ਹਰੇਕ ਬੰਦਾ ਇਹਨੂੰ ਦੇਖ ਰਿਹਾ ਹੈ ਇਹਦੇ ਨਾਲ ਜੁੜਿਆ ਹੋਇਆ ਸੋ ਉਹ ਗੱਲਬਾਤ ਲੋਕਾਂ ਨਾਲ ਕਰਨ ਦੇ ਤਰੀਕੇ ਬਦਲ ਗਿਆ ਪਿਛਲੇ ਸਾਲ ਡੇਢ ਸਾਲ ਦੀ ਕਿਸਾਨਾਂ ਦੇ ਅੰਦੋਲਨ ਕਰਕੇ ਔਰ ਇਹ ਬਿਮਾਰੀ ਕਰਕੇ ਜਿਸ ਤਰੀਕੇ ਨਾਲ ਪਹਿਲਾਂ ਕਿ ਜੀ 50000 ਦਾ ਕਟ ਕਰ ਲਓ ਲੱਖ ਦਾ ਕਟ ਕਰ ਲਓ ਉਹ ਨਹੀਂ ਰਿਹਾ ਹੁਣ ਤੁਹਾਨੂੰ ਆਪਾਂ ਗੱਲ ਕਰ ਰਹੇ ਹਾਂ ਲੋਕ ਦੇਖਣਾ ਚਾਹੁੰਦੇ ਨੇ ਨੇੜਿਓ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਇਹ ਨਹੀਂ ਚਾਹੁੰਦੇ ਉਹ ਵੱਡੇ ਮੰਚ 'ਚ ਖੜਾ ਹੈ ਐਨੀ ਦੂਰੋਂ ਉਹਨੂੰ ਦੇਖ ਲਓ ਲੈਕਚਰ ਦੇ ਕੇ ਚੱਲਦੇ ਰਹਿਣ ਉਹਨੀ ਗੱਲ ਬਣੇਗੀ ਸੋ ਲੋਕ ਫਿਰ ਜਵਾਬ ਵੀ ਮੰਗਦੇ ਆਪਣੇ ਸਵਾਲਾਂ ਦਾ ਉਹਨਾਂ ਦੇ ਜਵਾਬ ਸਵਾਲ ਬਤਾਵਾਂਗੇ ਉਹ ਇਕੱਲੇ ਸਵਾਲ ਨਾ ਪੁੱਛੋ ਜੇ ਅੱਗੇ ਉਹ ਗੱਪ ਲਾਉਂਦਾ ਤੁਹਾਨੂੰ ਦੱਸਾਂਗੇ ਇਹਦਾ ਜਵਾਬ ਵੀ ਕੀ ਹੈ ਉਹਨੂੰ ਪੁੱਛੋ ਆ ਕਿਉਂ ਨਹੀਂ ਕੀਤਾ ਤੁਸੀਂ 20 ਸਾਲ ਪਿਛਲਾ ਰਾਜ ਜਾਂ ਤਾਂ ਕੈਪਟਨ ਸਾਹਿਬ ਦਾ ਰਿਹਾ ਹੈ ਜਾਂ ਬਾਦਲਾਂ ਦਾ ਰਿਹਾ ਹੈ 2020 ਤੋਂ ਸਾਡੀ ਜਿਹੜੀ ਪਰ ਕੈਪਟਾ ਉਹ ਥੱਲੇ ਨੂੰ ਜ਼ਿਆਦਾ ਜਾਣੀ ਸ਼ੁਰੂ ਹੋਈ ਹੈ ਦੱਸਣ ਜਵਾਬ ਦੇ ਨੇ ਕਿਉਂ ਹੋਈ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਖੇਤੀਬਾੜੀ ਚ ਕਿਉਂ ਸਾਡੀ ਗਰੋਥ ਘਟ ਹੈ ਇੰਡਸਟਰੀ ਕਿਉਂ ਨਹੀਂ ਆਈ ਪੰਜਾਬ ਚ ਲਾਅ ਐਂਡ ਆਰਡਰ ਕਿਉਂ بگੜਿਆ ਹੈ ਹੁਣ ਤੁਹਾਨੂੰ ਯਾਦ ਆਉਂਦਾ ਚਿੱਟਾ ਸਭ ਨੂੰ ਪਤਾ ਹੈ ਅੱਛਾ ਹੁਣ ਹਾਲਾਤ ਐਸੀ ਬਦਲ ਗਈ ਹੈ ਤਾਲਿਬਾਨ ਆ ਗਈ ਹੈ ਅਫਗਾਨਿਸਤਾਨ ਚ ਪਾਕਿਸਤਾਨ ਤਾਂ ਪਹਿਲਾਂ ਹੀ ਇੱਥੇ ਹਾਲਾਤ ਬਗੜਨ ਲੱਗਿਆ ਹੋਇਆ ਜਿਹੜੇ ਡਰੋਨਾਂ ਦੇ ਰਾਹੀਂ ਹਥਿਆਰ ਸਿੱਟਦੇ ਹੈ ਉਹਨਾਂ ਦਾ ਉਹਨਾਂ ਦਾ ਦਿਲਚਸਪੀ ਪੰਜਾਬ ਚ ਨਹੀਂ ਹੈ ਉਹ ਕਸ਼ਮੀਰ ਚਾਹੁੰਦੇ ਹੈ ਉਹ ਚਾਹੁੰਦੇ ਜੇ ਪੰਜਾਬ ਨੂੰ ਅਸੀਂ ਸੰਤੁਲਨ ਪੰਜਾਬ ਦਾ ਹਲਾਦੀ ਹੈ ਕਸ਼ਮੀਰ ਚ ਫਾਇਦਾ ਹੁੰਦਾ ਹੈ ਉਹਨਾਂ ਨੂੰ ਕੀ ਸੀ ਜੀ ਤੁਸੀਂ ਦੋ ਰਵਾਇਤੀ ਪਾਰਟੀਆਂ ਦੀ ਗੱਲ ਕੀਤੀ ਹੈ ਤੁਹਾਡਾ ਕਿਤੇ ਨਾ ਕਿਤੇ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਕਿ ਲੋਕ ਉਹਨਾਂ ਤੇ ਭਰੋਸਾ ਕਰ ਸਕਦੇ ਨੇ ਇਸ ਵੇਲੇ ਦੇਖੋ ਲੋਕ ਸੋਚਣਗੇ ਲੋਕਾਂ ਨੇ ਪਿਛਲੀ ਵਾਰੀ 5 ਸਾਲ ਪਹਿਲਾਂ ਬੜਾ ਭਰੋਸਾ ਕੀਤਾ ਸੀ ਜਿਸ ਤਰੀਕੇ ਨਾਲ ਉਹ ਪੇਸ਼ ਆਏ ਦੇਖੋ ਉਹਨਾਂ ਦੇ ਲੀਡਰ ਆ ਕੇ ਪਹਿਲਾਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਕਿ ਮੈਂ ਜੇਲ੍ਹ 'ਚ ਦੇ ਦੂੰਗਾ ਜਿਹੜੇ ਡਰੱਗ ਦੇ ਮਾਫੀਆ ਦੇ ਦੂਜੀ ਪਾਰਟੀ 'ਚ ਹੈਗੇ ਆ ਉਹਨਾਂ ਨੇ ਜਦ ਕੇਸ ਕਰਦਾ ਫਿਰ ਮਾਫੀ ਮੰਗ ਲਈ ਯਾ ਤਾਂ ਤੁਸੀਂ ਐਵੇਂ ਨਾਰੇ ਲਾਣਿਓ ਇਲੈਕਸ਼ਨਾਂ ਦੇ ਵਿੱਚ ਫਿਰ ਮਾਫੀ ਮੰਗਣ ਦੀ ਕੀ ਗੱਲ ਸੀ ਹੁਣ ਉਹਨਾਂ ਹੀ ਬੰਦਿਆਂ ਦਾ ਨਾਮ ਆ ਰਿਹਾ ਜਿਹੜੇ ਐਸਆਈਟੀ ਦੀਆਂ ਰਿਪੋਰਟਾਂ ਉਹ ਹੁਣ ਹਾਈ ਕੋਰਟ ਨੇ ਰਿਪੋਰਟ ਖੋਲ੍ਹ ਦੇਣੀ ਹੈ ਜੇ ਉਸੇ ਬੰਦੇ ਦਾ ਨਾਮ ਨਿਕਲੇ ਆਉਂਦਾ ਹੈ ਜੀ ਤੋ ਤੁਸੀਂ ਮਾਫੀ ਮੰਗੀ ਹੈ ਫਿਰ ਮਤਲਬ ਕੀ ਹੋਇਆ ਕਿ ਤੁਸੀਂ ਵੋਟਾਂ ਲੈਣ ਲਈ ਨਾਰੇ ਲਾ ਦਿੰਨੇ ਹੋ ਜਦੋਂ ਖਤਮ ਹੋ ਜਾਂਦਾ ਹੈ ਤੇ ਫਿਰ ਉਹਦੇ ਬਾਅਦ ਤੁਸੀਂ ਫੜਾਫੜ ਕੇ ਮੇਰੇ ਤੇ ਕੇਸ ਨਾ ਹੋ ਫਿਰ ਭੱਜ ਜਾਓ ਸੋ ਇਹ ਦਿੱਲੀੋਂ ਬੈਠ ਕੇ ਪਾਰਟੀਆਂ ਨਹੀਂ ਚਲਣੀਆਂ ਜੇ ਰਿਮੋਟ ਕੰਟਰੋਲ ਦਿੱਲੀ ਚ ਹੈ ਫਿਰ ਆਪ ਤੇ ਕਾਂਗਰਸ ਦੇ ਵਿੱਚ ਕੀ ਫਰਕ ਹੈ ਅੱਜ ਦੇਖੋ ਕਾਂਗਰਸ ਪਾਰਟੀ ਸਿੱਧੂ ਸਾਹਾ ਅੱਜ ਮੇਰੇ ਖਿਆਲ ਗਏ ਨੇ ਦੇਰਾਦੂਨ ਉੱਥੋਂ ਦੇਰਾਦੂਨ ਮੇਰਾ ਤਾਂ ਖਿਆਲ ਸੀ ਰਸਤਾ ਕਰਨਾਲ ਦੇ ਵਿੱਚੋਂ ਜਾਂਦਾ ਦਿੱਲੀ ਦਾ ਇਹ ਗਏ ਦੇਰਾਦੂਨ ਚੋਂ ਹੋ ਕੇ ਪਹਿਲਾਂ ਦੇਰਾਦੂਨ ਫਿਰ ਜਾਣਾ ਦਿੱਲੀ ਕਾਂਗਰਸ ਪਾਰਟੀ ਦਾ ਮਸਲਾ ਇੱਥੇ ਕਿਉਂ ਨਹੀਂ ਉਹਦਾ ਕੋਈ ਹੱਲ ਲੱਭ ਸਕਦੇ ਕਿਉਂਕਿ ਕੰਟਰੋਲ ਇੱਥੇ ਨਹੀਂ ਹੈ ਕੰਟਰੋਲ ਕਿੱਦਰੇ ਹੋ ਰਿਹਾ ਹੈ ਕੰਟਰੋਲ ਦਿੱਲੀ ਵੀ ਨਹੀਂ ਉਹ ਦੇਰਾਦੂਨ ਲੱਭਦੇ ਫਿਰਦੇ ਕੰਟਰੋਲ ਸੋ ਜਿਹੜੇ ਪਾਰਟੀਆਂ ਨੂੰ ਇਹ ਨਹੀਂ ਪਤਾ ਉਹਨਾਂ ਦਾ ਰਿਮੋਟ ਕੰਟਰੋਲ ਕਿੱਥੇ ਹੈ ਦੱਸੋ ਕਿਵੇਂ ਚੱਲੇਗਾ ਕੰਮ ਕਿਸੇ ਜੀ ਕਿਸੇ ਸਿਆਸੀ ਧਿਰ ਨੂੰ ਇਹ ਮੰਚ ਜਿਹੜਾ ਸਪੋਰਟ ਕਰਦਾ ਜਾਂ ਫਿਰ ਕਿਸੇ ਸਿਆਸੀ ਧਿਰ ਦਾ ਕੰਮ ਚੰਗਾ ਲੱਗਿਆ ਹੋਵੇ ਦੇਖੋ ਅਸੀਂ ਸਾਡਾ ਕੰਮ ਹੈ ਇੱਕ ਪੁਰਾਣੀ ਸਟੇਟਮੈਂਟ ਹੈ ਅੰਗਰੇਜ਼ੀ ਦੇ ਵਿੱਚ ਵਿਦ ਮਾਈ ਨੇਸ਼ਨ ਆਲਵੇਜ਼ ਵਿਦ ਅ ਗਵਰਨਮੈਂਟ ਸਿਲੈਕਟਿਵਲੀ ਸੋ ਮੰਚ ਜਿਹੜਾ ਦੇਸ਼ ਨਾਲ ਹੈ ਪੰਜਾਬ ਦੇ ਨਾਲ ਹੈ ਤਾਂ ਹੀ ਪੰਜਾਬ ਮੰਚ ਹੈ ਜੇ ਕੋਈ ਚੰਗਾ ਕੰਮ ਕਰੂਗਾ ਨਾ ਉਹਨੂੰ ਨਾ ਸਲਾਣਾ ਉਹ ਵੀ ਗਲਤ ਹੋਊਗਾ ਕੋਈ ਸਿਆਸੀ ਤੇ ਰੋਏ। ਦੇਖੋ ਹਲੇ ਤਾਂ ਜਿਹੜੇ ਕੰਮ ਅਸੀਂ ਉਸੇ ਤੇ ਕਮੈਂਟ ਕਰ ਸਕਦੇ ਜਿਹੜੇ ਆ ਮੁੱਦੇ ਆ। ਇਹਨਾਂ ਤੇ ਇਹਨਾਂ ਨੇ ਪਿਛੋੜ ਚ ਕੁਝ ਕੀਤੇ ਹੋਣੇ ਕੰਮ ਅਸੀਂ ਉਹਦੇ ਚ ਨਹੀਂ ਜਾ ਰਹੇ। ਇਹ ਤਾਂ ਨਹੀਂ ਕਹਿ ਸਕਦੇ ਕਿ ਹਰੇਕ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਕੁਝ ਕੰਮ ਤਾਂ ਕੀਤੇ ਹੋਣੇ ਆ। ਲੇਕਿਨ ਉਹਦੇ ਚ ਇਸ ਵੇਲੇ ਜਾਣ ਦਾ ਕੋਈ ਫਾਇਦਾ ਨਹੀਂ। ਜਿਹੜੇ ਮੁੱਦੇ ਅੱਜ ਨੇ ਉਸ ਤੇ ਅਸੀਂ ਸਵਾਲ ਕਰੀਏ ਕਿ ਇਹਨਾਂ ਦਾ ਕੀ ਇਲਾਜ ਹੈ। ਇਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰੂਗੀ ਹੁਣ ਇਹ ਮੰਚ ਜਿਹੜਾ ਹੈ ਤੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰਨ ਤੇ ਲੋਕਾਂ ਦਾ ਕੀ ਫਾਇਦਾ? ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਆਹੀ ਤਰੀਕਾ ਹੈ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਆ ਉਹਨਾਂ ਦੇ ਮਨ ਚ ਜਿਹੜੇ ਸਵਾਲ ਆਉਂਦੇ ਆ ਅਸੀਂ ਚੈਨਲ ਖੋਲੀ ਹੈ ਸੋਸ਼ਲ ਮੀਡੀਆ ਤੇ ਰਾਹੀਂ ਉਹ ਸਾਨੂੰ ਸਵਾਲ ਭੇਜ ਸਕਦੇ ਆ ਸਵਾਲ ਪੁੱਛਣਗੇ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਵਿਸ਼ਵਾਸਤਾ ਇੰਝ ਬਣਦਾ ਹੈ ਨਾ ਲੋਕਤੰਤਰ ਚ ਗੱਲਬਾਤ ਦੇ ਨਾਲ ਸੋ ਉਹ ਜੇ ਹੋ ਸਕਦਾ ਕੋਈ ਐਸੇ ਮੁੱਦੇ ਹੋਣ ਜਿਹੜੇ ਅਸੀਂ ਨਹੀਂ ਉਠਾ ਰਹੇ ਹੋ ਸਕਦਾ ਇਹ ਮੁੱਦਿਆਂ ਚੋਂ ਉਹ ਮੁੱਦੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਅਹਿਮ ਸਮਝਦੇ ਹੈ ਅਸੀਂ ਉਹਨਾਂ ਨੂੰ ਮੂਰੇ ਨਾ ਲਾਏ ਹੋਵੇ ਫਿਰ ਉਹਦੀ ਪਹਿਲਾਂ ਗੱਲ ਕਰਾਂਗੇ ਸੋ ਇਸ ਕਰਕੇ ਇਹ वार्तालाप ਤਾਂ ਚੱਲਦਾ ਰਹੇਗਾ ਇਹ ਡਾਇਲੌਗ ਹੈ ਕੇ ਸੀ ਜੀ ਤੋਂ ਉਹਨਾਂ ਨੇ ਲੱਗਦਾ ਬਹੁਤ ਦੇਰੀ ਹੋ ਚੁੱਕੀ ਹੈ ਇਸ ਮੰਚ ਨੂੰ ਲਿਆਉਣ ਲਈ ਕਿਉਂਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਬਹੁਤ ਨਜ਼ਦੀਕ ਨੇ ਦੇਖੋ ਇਹ ਚੋਣਾਂ ਨਾਲ ਲਿੰਕ ਨਹੀਂ ਹੈ ਹਾਂ ਪਿਛਲੇ ਸਾਲ ਡੇਟਸ ਆਲ ਤਾਂ ਬਿਮਾਰੀ ਸੀ ਇੰਨੇ ਬੰਦੇ ਉਹੀ ਇਕੱਠੇ ਅਸੀਂ ਇੱਕ ਬਿਲਡਿੰਗ 'ਚ ਨਹੀਂ ਸੀ ਕਰ ਸਕਦੇ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨ ਸੀਗੀਆਂ ਅ ਇਸ ਕਰਕੇ ਸਾਲਕ ਤਾਂ ਉਹਦੇ ਲਈ ਡਿਲੇ ਹੋ ਗਿਆ ਹੁਣ ਅਸੀਂ ਬਣਾਇਆ ਇਹ ਵੈਸੇ ਹੀ ਕੁਦਰਤੀ ਇਲੈਕਸ਼ਨ ਆ ਰਹੀ ਹੈ ਲੇਕਿਨ ਚਲੋ ਇਲੈਕਸ਼ਨ ਵੀ ਆ ਜਾਂਦੀ ਹੈ ਸਰਕਾਰ ਵੀ ਬਣ ਜਾਂਦੀ ਨਵੀਂ ਮੰਚ ਦਾ ਤਾਂ ਜਿਹੜਾ ਰੋਲ ਹੈ ਉਹ ਚੱਲਦਾ ਰਹੇਗਾ ਕਿਉਂਕਿ ਉਹ ਸਰਕਾਰ ਨੂੰ ਵੀ ਚੁਕੰਨਾ ਰੱਖਾਂਗੇ ਭਈ ਭਾਈ ਆਹ ਮੁੱਦੇ ਸੀ ਜਿਹੜੇ ਮੁੱਦੇ ਹੁਣ ਤੁਸੀਂ ਕੁਝ ਤਾਂ ਮੁੱਦੇ ਉਹਨਾਂ ਨੂੰ ਅਸੀਂ ਮਜਬੂਰ ਕਰਾਂਗੇ ਚੱਕਣ ਤੇ ਕੁਝ ਮੁੱਦੇ ਕੁਝ ਉਹ ਜਿਹੜੀਆਂ ਜਿਹੜੇ ਵਾਅਦੇ ਕਰਨਗੇ ਫਿਰ ਉਹ ਵਾਅਦਿਆਂ ਤੇ ਦੇਖਾਂਗੇ ਉਹਨਾਂ ਵਾਅਦੇ ਰੱਖੇ ਕਿ ਨਹੀਂ ਆਪਣੇ ਕੇਸੀ ਜੀ ਅਖੀਰਲਾ ਸਵਾਲ ਹੈ ਅਗਲੀ ਰਣਨੀਤੀ ਐਕਸ਼ਨ ਪਲਾਨ ਕੀ ਤੁਹਾਡਾ ਇਸ ਹਫਤੇ ਬਾਹਰ ਨੂੰ ਅਸੀਂ ਜਾਾਂਗੇ ਅਨੰਦਪੁਰ ਸਾਹਿਬ ਅ ਕਿਉਂਕਿ ਚੰਡੀਗੜ੍ਹ ਦੇ ਨੇੜੇ ਮੈਂ ਹਮੇਸ਼ਾ ਆਨੰਦਪੁਰ ਸਮਝਣਾ ਖਾਲਸਾ ਉੱਤੋਂ ਚੱਲਿਆ ਸੋ ਪਹਿਲਾਂ ਉਸ ਤਖਤ ਤੇ ਜਾਵਾਂਗੇ ਨਾਲ ਦੀ ਨਾਲ ਨੈਣਾ ਦੇਵੀ ਆਮ ਤੌਰ ਤੇ ਲੋਕ ਜਾਂਦੇ ਆ ਅੰਮ੍ਰਿਤਸਰ ਸਵਰਨ ਆਪਣੇ ਗੋਲਡਨ ਟੈਂਪਲ ਨਾਲ ਦੀ ਨਾਲ ਜਾਂਦੇ ਆ ਹਰਮੰਦਰ ਸਾਹਿਬ ਤੇ ਜਾਂਦੇ ਆ ਦੁਰਗਿਆਲਾ ਟੈਂਪਲ ਸੋ ਅਸੀਂ ਇੱਥੇ ਕਰਾਂਗੇ ਆਂਦੇ ਹੋਏ ਇੱਕ ਜਗ੍ਹਾ ਇੱਕ ਛੋਟੀ ਜੀ ਪਬਲਿਕ ਮੀਟਿੰਗ ਰੱਖੀ ਹੈ ਜ਼ਿਆਦਾ ਬੰਦੇ ਨਹੀਂ 2-400 ਜਿਹੜੇ ਇਸ ਏਰੀਏ ਦੇ ਸਰਪੰਚ ਪੰਜ ਸਰਪੰਚ ਔਰ ਲੰਬਰਦਾਰ ਉਹਨਾਂ ਨਾਲ ਪਹਿਲੀ ਮੁਲਾਕਾਤ ਕਰਾਂਗੇ ਉਹਦੇ ਬਾਅਦ ਫਿਰ ਸ਼ੁਰੂਆਤ ਹੋਏਗੀ ਫਿਰ ਉਹਦੇ ਬਾਅਦ ਸੈਮੀਨਾਰ ਵੀ ਕਰਾਂਗੇ ਇੱਕ ਸਟੂਡੀਓ ਦੇ ਅੰਦਰ ਵੀ ਚਾਰ ਪੰਜ ਬੰਦੇ ਜਾ ਕੇ ਮੁੱਦਾ ਡਿਸਕਸ ਕਰਾਂਗੇ ਟੀਵੀ ਚੈਨਲ ਤੇ ਸੋ ਕਈ ਮਾਧਮ ਫਿਰ ਹੋ ਸਕਦਾ ਵੈਬਿਨਾਰ ਕਰਕੇ ਸੋਸ਼ਲ ਮੀਡੀਆ ਤੇ ਲਾਈਵ ਚਲੇ ਜਾਈਏ ਸੋ ਜਿਵੇਂ ਜਿਵੇਂ ਲੋਕ ਜੁੜਨਗੇ ਤਰੀਕਾ ਬਦਲਦੇ ਰਹਿਾਂਗੇ ਮੈਂ ਤਾਂ ਤੁਹਾਨੂੰ ਕਿਹਾ ਅਸੀਂ ਗੁਰੇਲਾ ਹਾਂ ਇਹ ਕੋਈ ਫੌਜ ਇਹ ਨਹੀਂ ਹੈ ਕਿ ਅਸੀਂ ਟੈਂਕ ਚਲਾਉਣੇ ਆ ਅਸੀਂ ਚਾਰ ਬੰਦੇ ਵੀ ਕੰਮ ਕਰਾਂਗੇ ਪੰਜ ਵੀ ਕਰਾਂਗੇ ਛੇ ਵੀ ਜਿਹੜਾ ਜਿਹੜਾ ਹਥਿਆਰ ਸਾਡੇ ਹੱਥ ਚ ਆਏਗਾ ਵਰਤਾਂਗੇ ਅੱਛਾ ਤਾਂ ਇਸਨ ਸਾਂਝਾ ਸੁਨਹਿਰਾ ਪੰਜਾਬ ਮੰਚ ਦੇ ਕਨਵੀਨਰ ਕੇ.ਸੀ. ਸਿੰਘ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨਿਹਾਰ ਬਦਲਣ ਦੇ ਲਈ ਇੱਕ ਨਿੱਕਾ ਜਿਹਾ ਕਦਮ ਇਹ ਮੰਚ ਦੀ ਸ਼ੁਰੂਆਤ ਹੈ। ਕੈਮਰਾਮੈਨ ਵਿਨੈਦ ਨਾਲ ਸਤਵਿੰਦਰ ਰੰਦਾਵਾ ਸਾਂਝਾ ਟੀਵੀ ਚੰਡੀਗੜ੍ਹ